ਪਾਲੀ ਪੈਪ ਕੋਈ ਤਾਰ ਨਹੀਂ ਮੈਂ ਵੱਢਣ ਦੇਣੀ। ਉਹ ਤੇਰਾ ਭਲਾ ਜੇ ਸੀ ਉਹ ਭਰਾਵਾ ਵੇਖ ਕੇ। ਲਓ ਵੀ ਸੱਜਣੋ, ਅੱਜ ਆਪਾਂ ਹੈਗੇ ਆ ਅੰਕਲ ਗੁਰਮੁਖ ਸਿੰਘ ਦੇ ਖੇਤ, ਸਾਡੇ ਪਿੰਡ ਲਵਾਣਿਆ ਵਾਲੀ ਵਿਖੇ। ਤਾਂ ਦੋਸਤੋ, ਅੰਕਲ ਨੇ ਪਾਈਆਂ ਨੇ ਪਲਾਸਟਿਕ ਦੀਆਂ ਪਾਈਪਾਂ। ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਪਲਾਸਟਿਕ ਦੀ ਪਾਈਪ ਪਾਉਣ 'ਤੇ ਕੀ ਖਰਚਾ ਆਉਂਦਾ, ਫੁੱਟ ਦਾ ਕੀ ਖਰਚਾ ਜਾਂ ਇੱਕ ਪਾਈਪ ਦਾ ਕੀ ਖਰਚਾ, ਅਤੇ ਆਖਿਰਕਾਰ ਅੰਕਲ ਨੇ ਕਿੰਨੀਆਂ ਮੋਟਰਾਂ ਜੋੜੀਆਂ ਨੇ, ਅਤੇ ਕੀ ਫਾਇਦੇ ਆ ਅਤੇ ਕੀ ਨੁਕਸਾਨ ਆ, ਪੂਰੀ ਜਾਣਕਾਰੀ ਦੇਵਾਂਗੇ। ਦੋਸਤੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਦੋਸਤੋ ਆਹ ਦੇਖ ਲਓ ਜੀ, ਇੱਥੇ ਪਾਈਪਲਾਈਨ ਇਹਨਾਂ ਨੇ ਸਟਾਰਟ ਕੀਤੀ ਸੀ। ਤਾਂ ਦੋਸਤੋ, ਅੰਕਲ ਨੇ ਦੋ ਮੋਟਰਾਂ ਜੋੜੀਆਂ ਨੇ, ਇੱਕ ਮੋਟਰ ਤਾਂ ਆਹ ਜੋੜੀ ਆ, ਅਤੇ ਇੱਕ ਮੋਟਰ ਦੋਸਤੋ ਉਹ ਰਹੀ ਸੋਲਰ, ਉਹ ਰਹੀ, ਉੱਥੇ ਵੀ ਚੱਲਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਆਹ ਮੋਟਰ ਵਿਖਾ ਦਈਏ, ਇੱਥੋਂ ਆਹ ਪਾਈਪ ਆਈ ਆ ਜੀ, ਅਤੇ ਇਹਦੇ ਵਿੱਚ ਅਟੈਚ ਕੀਤੀ ਆ ਵੀ। ਆਹ ਰੋਡ 'ਤੇ ਬੜਾ ਜ਼ੋਰ ਲੱਗਿਆ ਜੀ, ਸਭ ਤੋਂ ਜਿਹੜਾ ਸਿਫਤ ਵਾਲਾ ਕੰਮ ਕੀਤਾ ਨਾ, ਸਿਫਤ ਵਾਲਾ ਅੰਕਲ ਕਹਿੰਦੇ ਕੰਮ ਕੀ ਕੀਤਾ ਵੀ ਰੋਡ ਨੂੰ ਪੱਟਿਆ ਨਹੀਂ, ਕਿਉਂਕਿ ਦੋਸਤੋ ਇੱਥੋਂ ਨਾ ਬਹੁਤ ਸਾਰੀਆਂ ਪਾਈਪਾਂ ਟੱਪਦੀਆਂ ਨੇ, ਇੱਥੋਂ ਬਹੁਤ ਸਾਰੀਆਂ ਪਾਈਪਾਂ ਟੱਪਦੀਆਂ ਨੇ। ਇੱਧਰ ਦੇਖੋ, ਇੱਧਰ ਵੀ ਦੋ ਅਤੇ ਤਿੰਨ ਪਾਈਪਾਂ ਇੱਧਰੋਂ ਟੱਪਦੀਆਂ। ਦੋਸਤੋ ਆਹ ਦੇਖ ਸਕਦੇ ਜੀ ਤੁਸੀਂ, ਆਹ ਦੇਖ ਸਕਦੇ ਜੀ ਤੁਸੀਂ, ਤਿੰਨ ਇੱਥੋਂ ਟੱਪਦੀਆਂ ਸੀ ਅਤੇ ਇੱਕ ਇੱਥੋਂ ਟੱਪਦੀ ਸੀ। ਤਾਂ ਦੇਖ ਲਓ ਨੀਚੇ ਤਾਰਾਂ ਦੋਸਤੋ, ਉਹ ਵੇਖੋ, ਅਤੇ ਵੇਖੋ ਇਹਨਾਂ ਨੇ ਸੜਕ ਨਹੀਂ ਪੱਟੀ, ਸੜਕ ਨੂੰ ਬਚਾਇਆ। ਅਤੇ ਇੱਕ ਦਿਨ ਪੂਰਾ ਲੱਗ ਗਿਆ ਜੀ, ਥੱਲਿਓਂ ਬੋਕੀਆਂ ਮਾਰ ਮਾਰ ਕੇ ਇਸ ਪਾਈਪ ਨੂੰ ਟਪਾਇਆ ਗਿਆ। ਜਿਹੜਾ ਕੰਮ ਕੀਤਾ ਨਾ ਅੰਕਲ ਨੇ, ਕਾਬਲੇ ਤਾਰੀਫ ਆ ਜੀ, ਅਤੇ ਬਾਕੀ ਠੇਕੇਦਾਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ। ਤਾਂ ਦੋਸਤੋ ਇੱਥੋਂ ਹੁਣ ਪਹਿਲਾਂ ਇਹਨਾਂ ਕਨੈਕਸ਼ਨ ਦੇਣਾ ਉਸ ਮੋਟਰ ਨਾਲ, ਅਤੇ ਪਿੱਛੇ ਤਾਂ ਇਹਨਾਂ ਨੇ ਕਨੈਕਸ਼ਨ ਦੇ ਹੀ ਦਿੱਤਾ, ਪਿੱਛੇ ਦੇ ਤਾ ਨਾ ਕਨੈਕਸ਼ਨ ਅਜੇ ਵੀਰ, ਕਿ ਦੇਣਾ ਜੀ ਹਜੇ ਉਹ ਰਹਿੰਦਾ ਹੈ ਨਾ, ਸੁੰਡ ਪੈਪ ਲੱਗਣ ਵਾਲਾ ਰਹਿ ਗਿਆ ਹੈ। ਲਓ ਜੀ ਫਲੰਚੀ ਵਗੈਰਾ ਕੱਸ ਦਿੱਤੀ ਹੈ, ਪਾਲੀ ਪੈਪ। ਉਹ ਤੇਰਾ ਭਲਾ ਜੇ ਸੀ ਉਹ ਭਰਾਵਾ ਵੇਖ ਕੇ, ਇਹ ਅੱਗ ਕਿਵੇਂ ਲੱਗ ਗਈ? ਤਾਂ ਮਿੱਤਰੋ ਦੇਖ ਕੇ ਇਹ ਹੈ ਕੀ ਸੀਗਾ ਜਿਹੜਾ ਜਿਹਨੂੰ ਲਾਈ ਸੀ ਇਹ? ਸਲੋਸ਼ਨ ਨੂੰ ਅੱਗ ਲੱਗ ਜਾਂਦੀ ਇਹਨੂੰ? ਨਹੀਂ, ਆਹ ਸਲੋਸ਼ਨ ਆ ਜਿਹਨੂੰ ਅੱਗ ਲੱਗੀ ਆ, ਆਹ ਜਿਹੜਾ ਪਲੈਸਟੀ ਬਿਲਡ। ਜਦੋਂ ਚੱਲੀ ਇਹਦੇ ਵਿੱਚ ਦੀ ਪਾਣੀ ਨਹੀਂ ਨਿਕਲਦਾ? ਇਹਦੇ ਵਿੱਚ ਸਿਸਟਮ ਇੱਦਾਂ ਦਾ ਲੱਗਿਆ ਵੀ ਜਦੋਂ ਹਵਾ ਲਈ ਇਹਦਾ ਪੱਤਾ ਨੀਚੇ ਆਜੂਗਾ ਅਤੇ ਉਹ ਨੀਚੇ ਮੋਟਰ ਦਾ ਵੀ ਪੱਤਾ ਡਿੱਗ ਪੱਤਾ ਤਾਂ ਲੱਗ ਜੂਗਾ। ਠੀਕ ਹੈ, ਤਾਂ ਬਾਈ ਜੀ ਕਰਦੇ ਹਾਂ ਮਿਸਤਰੀ ਨਾਲ ਗੱਲ, ਜਿਨ੍ਹਾਂ ਨੇ ਇਸ ਪਾਈਪ ਲਾਈਨ ਦਾ ਠੇਕਾ ਲਿਆ ਪਲਾਸਟਿਕ ਦੀ ਦਾ। ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਸੇਵਕ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਭੰਗ ਜਿਹੜੀ ਆ ਜ਼ਿਲ੍ਹਾ ਮੁਕਤਸਰ ਸਾਹਿਬ। ਸਭ ਤੋਂ ਪਹਿਲਾਂ ਤੁਸੀਂ ਆਪਦੀ ਲੇਬਰ ਦੱਸੋ, ਲੇਬਰ ਕੀ ਲੈਂਦੇ? ਬਾਈ ਜੀ ਲੇਬਰ ਦਾ ਤਾਂ ਅਸੀਂ ਲੈਂਦੇ ਹਾਂ 200 ਰੁਪਈਆ ਪਾਈਪ ਦਾ, ਸਣੇ ਵਿੱਚ ਪਟਾਈ ਮਸ਼ੀਨ ਦੀ ਅਤੇ ਸਣੇ ਲੇਬਰ। ਅਤੇ ਪੱਟ ਦੇ ਕਿਹਦੇ ਨਾਲ ਹੈ ਤੁਸੀਂ ਬਾਈ? ਚੈਨ ਵਾਲੀ ਮਸ਼ੀਨ ਹੈਗੀ ਟਰੈਕਟਰ ਦੇ ਨਾਲ। ਟਰੈਕਟਰ ਦੇ ਨਾਲ? ਹਾਂਜੀ। ਅੱਛਾ, ਉਹ ਪੱਟ ਕੇ ਆਉਂਦੀ ਹੈ। ਅਤੇ ਜਿਵੇਂ ਕੋਈ ਰੋਡ ਰੂਡ ਆ ਜੇ ਉਹਦੇ 'ਚ? ਉਹਦਾ ਠੇਕਾ ਅੱਡ ਹੁੰਦਾ ਜੀ 200 ਰੁਪਈਆ ਫੁੱਟ ਦਾ। ਅੱਛਾ, ਹਾਂਜੀ। ਸੜਕ ਦੇ ਥੱਲੇ ਕ੍ਰੋਸ ਕਰਨਾ। ਅੱਛਾ, ਸੜਕ ਦੇ ਥੱਲੇ ਜੇ ਕ੍ਰੋਸ ਕਰਨੀ ਆ, ਬੋਕੀ ਮਾਰਨੀ ਆ, ਤਾਂ 200 ਰੁਪਈਆ ਯਾਨੀ ਕਿ ਫੁੱਟ ਦਾ ਤੁਸੀਂ ਸੜਕ ਦਾ ਲਓਗੇ। ਜੇ 15 ਫੁੱਟ ਤਾਂ ਉਹ ਹਿਸਾਬ ਨਾਲ ਯਾਨੀ ਕਿ 3000 ਰੁਪਈਆ ਹੈ ਨਾ, ਜਿਹਦੇ 'ਚ ਸੜਕ ਨਹੀਂ ਭੰਨਦੇ ਤੁਸੀਂ, ਤੇ ਬੋਕੀ ਮਾਰ ਕੇ ਥੱਲੇ ਉੱਠਵਾ ਲਓ। ਅਸੀਂ ਆਪ ਰੋਕਦੇ ਹਾਂ ਵੀ ਕੋਈ ਵੀ ਕਿਸਾਨ ਆ ਉਹਨੂੰ ਕਹਿੰਦੇ ਵੀ ਸੜਕ ਨਾ ਪੱਟੋ, ਕਿਉਂਕਿ ਉਹਦੀ ਉਖਲੀ ਬਹੁਤ ਭੈੜੀ, ਉਖਲੀ ਬਹੁਤ ਭੈੜੀ ਆ, ਸਹੀ ਗੱਲ। ਨਾਲੇ ਉਹ ਪਾਈਪ ਨੂੰ ਵੀ ਦਿੱਕਤ ਕਰਦੀ ਅਕਸਰ, ਪਾਈਪ ਨੂੰ ਵਜਨ ਆਉਂਦਾ, ਪਾਈਪ ਦੇ ਉੱਤੇ ਰੋੜੇ ਡਿੱਗ ਪੈਂਦੇ ਆ, ਉਹ ਨੁਕਸਾਨ ਕਰਦੀ ਆ। ਇਹ ਮੇਰਾ ਵੀਰ ਕਿਹੜੀ ਪਾਈਪ ਪਾਉਣੀ ਚਾਹੀਦੀ ਆ ਤੇ ਕੀ ਹਿਸਾਬ ਕਿਤਾਬ, ਕਿੰਨੇ ਫੁੱਟ ਦੀ ਪਾਈਪ ਹੁੰਦੀ ਆ? ਇਹ 20 ਫੁੱਟ ਦੀ ਪਾਈਪ ਹੁੰਦੀ ਆ ਜੀ। ਅੱਛਾ ਜੀ,
ਅਤੇ ਜਾਣੀ ਕਿ ਅਸੀਂ ਆਕਾਸ਼ ਸ਼ੂਰੀਆ ਦੀ ਪਾਈ ਜਾਂਦੇ ਹਾਂ ਪੈਪ, ਬਹੁਤ ਹੀ ਵਧੀਆ ਇਹ ਤਾਂ, ਮੰਨ ਲਓ ਵੀ ਭਾਂਦੀ ਕੁਇੰਟਲ ਵੱਜ ਜਾਣਾ ਇੱਕ ਰਿਸ਼ਤੇ ਚੜ੍ਹ ਜਾਓ ਤੁਸੀਂ ਦੋ ਜਾਣੇ, ਉੱਥੇ ਆ ਜਾਂਦੀ ਹੈ, ਇਹ ਨਹੀਂ ਵੀ ਟੁੱਟ ਜੂਗੀ, ਵਰਕੀ ਨਹੀਂ ਨਿਕਲਦੀ ਇਹਦੀ। ਅੱਛਾ ਅੱਛਾ, ਵੀ ਆਪਾਂ ਤਾਂ ਕਿਸਾਨਾਂ ਨੂੰ ਜਾਣੇ ਵੀ ਤੁਸੀਂ ਹਾਰਡ ਪਾਇਪ ਨਾ ਪਾਇਆ ਕਰੋ, ਕੋਈ 4 ਰੁਪਏ ਮਹਿੰਗੀ ਲੈ ਕੇ ਵਧੀਆ ਪਾਇਪ ਚੰਗੀ ਪਾਇਆ ਕਰੋ। ਇਹ ਕਿੰਨੀਆਂ ਪਾਈਪਾਂ ਪਾਈਆਂ ਆਪਣੇ ਅੰਕਲ ਗੁਰਮੁਖ 'ਤੇ? ਇਹ ਤਾਂ ਮਤਲਬ 40-42 ਪਾਈਪਾਂ ਪੈਗੀਆਂ, ਯਾਨੀ ਕਿ 820 ਫੁੱਟ ਹੋ ਗਿਆ। ਹਾਂਜੀ ਹਾਂਜੀ। ਇਹਦੇ 'ਚ ਕਿੰਨੀਆਂ ਮੋਟਰਾਂ ਜੋੜੀਆਂ ਤੁਸੀਂ? ਅਸੀਂ 2 ਜੋੜੀਆਂ ਜੀ। 2 ਮੋਟਰਾਂ ਜੋੜੀਆਂ? ਹਾਂਜੀ, 4-4 ਇੰਚ। ਅਤੇ ਕੀ ਗਰੰਟੀ ਲੈਂਦੇ ਆ ਤੁਸੀਂ, ਕਿੰਨੇ ਚਿਰ ਦੀ ਗਰੰਟੀ ਹੁੰਦੀ? ਕੱਲ੍ਹ ਨੂੰ ਲੀਕ ਹੋ ਜੇ ਜਾਂ ਬਾਈ ਦੇ ਵਿੱਚ, ਪਹਿਲੀ ਗੱਲ ਤਾਂ ਹੁੰਦੀ ਨਹੀਂ, ਜੇ ਹੋ ਜੇ ਤਾਂ ਕੀ ਤੁਹਾਡਾ? ਦੇਖੋ ਅਸੀਂ ਆਪਦੀ ਜੋੜ ਦੀ ਗਰੰਟੀ ਲੈਂਦੇ ਹਾਂ। ਅੱਛਾ। ਜੇ ਜੋੜ ਲੀਕ ਹੋ ਗਿਆ, ਹਾਂ, ਵੀ ਸਾਲ ਦੇ ਵਿੱਚ ਹੋ ਜੇ, 1.5 ਸਾਲ ਦੇ ਵਿੱਚ, ਅਸੀਂ ਉਹਦੀ ਫ੍ਰੀ ਕਰਕੇ ਦੇਵਾਂਗੇ। ਪਹਿਲੀ ਗੱਲ ਤਾਂ ਇਹ, ਜੇ ਪਾਲੀ ਤਾਂ ਸਮਝੋ ਵੀ ਜ਼ਿੰਦਗੀ ਭਰ ਚੱਲੀ ਜਾਂਦੀ ਹੈ, ਇਹ ਤਾਂ ਹਿਲਦੀ ਨਹੀਂ, ਪਾਣੀ ਦੀ ਗਰੰਟੀ ਲੈ ਕੇ ਪਾਉਂਦੇ ਆ ਫੁੱਲ, ਗਰੰਟੀ ਲੈ ਕੇ, ਪਾਣੀ ਦੀ ਵੀ ਬਚਤ ਪੂਰੀ ਹੈ ਨਾ, ਕਿੱਥੇ ਖਾਲਿਆਂ 'ਚ ਪਾਣੀ ਹੁੰਦਾ, ਖਾਲਿਆਂ 'ਚ ਰਹੇ, ਸਵਾਰ ਨਾ ਖਾਲਾ। ਹਾਂ, ਵੀ ਮਤਲਬ ਵੀ ਮੇਰੇ ਹਿਸਾਬ ਨਾਲ ਵੀ ਜਿਹੜੇ ਹਿਸਾਬ ਨਾਲ ਵੇਖੀ ਦਾ ਵੀ ਉਹਨੇ 8,000 ਰੁਪਇਆ ਕਿੱਲੇ ਮਗਰ ਬਚਦਾ, ਸਾਲ ਬਚਦਾ ਬਚਦਾ, ਅਤੇ 2 ਸਾਲਾਂ 'ਚ ਪੈਸੇ ਪੂਰੇ ਹੋ ਜਾਂਦੇ ਆ। ਅਤੇ ਆਈਡੀਆ ਕਿੰਨੀ ਡੂੰਘੀ ਹੋਣੀ ਚਾਹੀਦੀ ਹੈ ਇਹ? ਇਹ ਸਹੀ ਦੱਸ ਮੈਨੂੰ ਵੀ, ਇਹ ਨਾ ਏਰੀਏ ਦੇ ਹਿਸਾਬ ਨਾਲ ਜੀ, ਜਿੱਥੇ ਤਾਂ ਸੇਮ ਵਾਲਾ ਏਰੀਆ ਆ ਜਾਂਦਾ। ਅੱਛਾ ਜੀ। ਉੱਥੇ ਤਾਂ ਮੰਨ ਲਾ ਵੀ ਜਿੱਥੇ 2 ਫੁੱਟ ਵੀ ਜਾਂਦੀ ਹੈ, 2.5 ਵੀ ਜਾਂਦੀ, ਜੇ ਸਹੀ ਏਰੀਆ ਤਾਂ 3 ਫੁੱਟ ਤੇ ਸਹੀ ਹੈ। ਕਿੰਨੀ ਦੂਰੀ ਤੇ ਆਪਾਂ ਨੂੰ ਹਵਾ ਦੇਣੀ ਚਾਹੀਦੀ ਪੈਪ ਦੇ? ਅਸੀਂ ਦੇਖੋ ਜੀ, ਅਸੀਂ ਨਾ ਕਈ ਹੁਣ ਡੈਮਟ ਜਿਹੜੀਆਂ ਡੈਡ ਹੋਈਆਂ ਪਾਈਪਾਂ ਚਲਾ ਕੇ ਆਏ ਆ। ਅੱਛਾ। ਵੀ ਉਹ ਉਹਨਾਂ ਦੇ ਹਵਾ ਵਾਲੀ ਨਹੀਂ ਲਾਉਂਦਾ ਕੋਈ। ਅੱਛਾ, ਉਹ ਹਵਾ ਨਾ ਲਾਈ ਕਰਕੇ ਹਵਾ ਨਹੀਂ ਲਾਉਂਦਾ ਗਾ ਉਹ, ਮੰਨ ਲਓ ਮੰਨ ਲਈ ਪੈਪ ਜਦੋਂ ਹਵਾ ਬਣਦੀ ਗੈਸ ਵੱਡੀ ਪੈ ਉਹਦੇ 'ਚ ਪੜਾਕਾ, ਉਹ ਯਾਨੀ ਕਿ ਐਂ ਕਰਦੀ ਰਹਿੰਦੀ ਹੈ, ਪੜਾਕਾ ਪਾ ਜਾਂਦੀ ਹੈ। ਠੀਕ ਹੈ। ਅਸੀਂ ਹਵਾ ਵਾਲੀਆਂ ਵੱਧ ਤੋਂ ਵੱਧ ਅਸੀਂ ਇੱਕ ਤਾਂ ਡਿਲੀਵਰੀ ਉੱਤੇ ਲਾਉਣੀ ਹੁੰਦੀ ਹੈ, ਜਿੱਥੇ ਡਿਲੀਵਰੀ ਹੁੰਦੀ ਹੈ ਡਿਲੀਵਰੀ ਉੱਤੇ ਲਾਉਣੀ ਹੈ ਮੋਟਰ ਦੇ, ਮੋਟਰ ਦੇ ਉੱਤੇ, ਫਿਰ ਅਸੀਂ ਜਾ ਕੇ 1-4 ਕਿੱਲਿਆਂ ਦੇ ਉੱਤੇ ਹਵਾ ਵਾਲੀ ਜ਼ਰੂਰ ਦੇਣੀ ਹੁੰਦੀ ਹੈ, 4 ਕਿੱਲਿਆਂ ਦੇ ਉੱਤੇ। ਹਾਂਜੀ। ਇੱਥੇ ਤੁਸੀਂ ਇਹਦੇ 'ਚ ਕਿੰਨੀਆਂ ਦਿੱਤੀਆਂ ਵਾਲੀਆਂ? ਇਹ ਆਪਣਾ ਹੈਗਾ ਇੱਕ ਤਾਂ ਇੱਥੇ ਡਿਲੀਵਰੀ ਤੇ ਦੇਵਾਂਗੇ, ਇੱਕ ਤਾਂ ਡਿਲੀਵਰੀ ਤੇ ਹੋ ਗਿਆ, ਹਾਂ, ਇੱਕ ਇੱਥੋਂ ਗਾ ਕੇ ਉਹ 2 ਕਿੱਲਿਆਂ ਦੇ ਆ ਗਈ, 2 ਕਿੱਲਿਆਂ ਤੇ ਆ ਗਈ, ਫਿਰ ਇੱਕ ਐਂਡ ਤੇ ਜਾ ਕੇ ਲੱਗੂ, ਐਂਡ ਤੇ ਉਹ ਜਿੱਥੇ ਪਾਣੀ ਨਿਕਲਣਾ ਪਾਣੀ। ਠੀਕ। ਹਾਂਜੀ, ਕਿਉਂਕਿ ਇੱਥੋਂ ਹਵਾ ਬਣੀ ਉੱਥੇ ਨਿਕਲ ਜੂਗੀ, ਉੱਥੋਂ ਵਾਲੀ ਗਾਹ ਨਿਕਲ ਜੂਗੀ। ਇਹ 820 ਫੁੱਟ ਤੇ ਆਈਡੀਆ ਜਿਵੇਂ ਲਾ ਲਓ ਕਿੱਲਾ ਲਾਮ ਪੈਪ ਪਾਉਣੀ ਹੋਵੇ, ਹਾਂਜੀ, ਤਾਂ ਕਿੰਨਾ ਆਈਡੀਆ ਕਿੰਨਾ ਖਰਚਾ ਆਜੂਗਾ ਵੀ ਜ਼ਿਮੀਦਾਰ ਨੂੰ ਜੇ ਆਈਡੀਆ ਜਾਂ ਹੋ ਜੇ? ਚਲੋ ਕੋਈ 2-4 ਹਜ਼ਾਰ ਉੱਪਰ ਨੀਚੇ ਦਾ ਛੱਡੋ, ਮਤਲਬ 8 ਇੰਚੀ ਪਾਈ ਹੈ, ਮਤਲਬ ਲਗਭਗ 20,000 ਰੁਪਇਆ ਕਿੱਲੇ ਦਾ ਹੋਇਆ ਨਾ ਖਰਚਾ, ਹੈ ਨਾ ਅੰਕਲਾ? ਅਤੇ ਆ ਅੰਕਲ ਕਿੰਨੇ ਦੀ ਪੈਪ ਆਈ ਆ ਆਪਣੀ? 1780 ਰੁਪਏ। ਹਾਂਜੀ। ਇਹ ਤਾਂ ਦੋਸਤੋ, ਇਹ 20 ਫੁੱਟ ਦੀ ਪਾਈਪ 1780 ਰੁਪਇਆਂ ਦੀ ਆਈ ਹੈ, ਅਤੇ ਆਈਡੀਆ ਲਾ ਲਓ ਤੁਸੀਂ ਵੀ 20,000 ਰੁਪਇਆ ਕਿੱਲਾ ਇਹਦਾ ਖਰਚਾ ਆਜੂਗਾ। ਬਾਕੀ ਦੋਸਤੋ ਜਿਵੇਂ ਕਿ ਕਨੈਕਸ਼ਨ ਕਰਨਾ, ਫਲੰਚੀਆਂ ਵਗੈਰਾ ਹੋ ਗਿਆ, ਅਤੇ ਟੋਟਲ ਲਾ ਲਓ 25,000 ਰੁਪਇਆ ਆਪਾਂ ਕਿੱਲੇ ਦਾ ਮੰਨ ਕੇ ਚੱਲਦੇ ਹਾਂ, ਹੈ ਨਾ, ਵੀ ਜਿਹਦੇ 'ਚ ਟੋਟਲੀ ਲੇਬਰ ਆ ਜਾਂਦੀ ਆ ਅਤੇ ਟੋਟਲੀ ਪੈਪ ਖਰਚਾ ਆ ਜਾਂਦਾ। ਹਾਂਜੀ। ਠੀਕ ਹੈ ਵੀਰ? ਅਤੇ ਬਾਈ ਆਪਣਾ ਨੰਬਰ ਜੇਕਰ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ? ਕੰਮ ਕਰਾਉਣਾ 98144 98144 28371 98144 28371 ਅਤੇ ਆਪਦਾ ਨਾਮ ਵੀ ਦੱਸ ਦੇ ਦੁਬਾਰਾ। ਮੇਰਾ ਸੇਵਕ ਸਿੰਘ ਆ ਜੀ, ਪਿੰਡ ਭੰਗਜੜੀ ਆ ਜੀ। ਸੇਵਕ ਸਿੰਘ ਪਿੰਡ ਭੰਗਜੜੀ, ਜ਼ਿਲ੍ਹਾ ਮੁਕਤਸਰ ਸਾਹਿਬ ਜੀ। ਜ਼ਿਲ੍ਹਾ ਮੁਕਤਸਰ ਸਾਹਿਬ। ਹਾਂਜੀ। ਠੀਕ ਹੈ, ਮੈਨੂੰ ਹਿਸਾਬ ਲਾ ਲਓ ਵੀ 10 ਸਾਲ ਹੋ ਗਏ ਪੈਪ ਪਾਉਂਦੇ ਨੂੰ। ਅੱਛਾ ਜੀ। ਇੱਕ ਕਿਸੇ ਦਾ 1% ਦਾ ਲਾਂਭਾ ਨਹੀਂ ਆਇਆ, 1% ਲੀਕ ਵੀ ਨਹੀਂ ਹੋਇਆ ਜੋੜ ਵੀ, ਜਿਹਦੇ ਖੇਚ ਇੱਕ ਵਾਰ ਗਏ ਚਲੇ, ਦੂਜੀ ਵਾਰੀ ਉਹਦੇ ਖੇਚ ਨਹੀਂ ਗਏ, ਵੀ ਉਹਦੇ ਮੱਥੇ ਨਹੀਂ ਲੱਗੇ ਵੀ ਬਸ ਵੀ, ਇਹ ਨਹੀਂ ਸਵਾਲ ਪੈਦਾ ਹੋਊਗਾ ਵੀ ਮੁੜ ਕੇ ਆਪਾਂ ਨੂੰ ਇਹੋ ਜਿਹੇ ਕੰਮ ਕੱਢਿਆ ਜੀ ਅੜੇ ਕੰਮ ਜਿੱਥੇ ਕੋਈ ਮਿਸਤਰੀ ਹੱਥ ਖੜੇ ਕਰਕੇ ਉੱਠ ਜਾਂਦਾ ਤੇ ਆਪਾਂ ਨੂੰ। ਲਓ ਵੀ ਸੱਜਣੋ, ਤੁਹਾਨੂੰ ਉਹ ਪਰਲੇ ਸਿਰੇ 'ਤੇ ਲੈ ਕੇ ਜਾਂਦੇ ਹਾਂ, ਬਾਈਆਂ ਨੇ ਬੜੇ ਤਰੀਕੇ ਨਾਲ ਪੈਪ ਟਪਾਏ ਉੱਥੋਂ। ਤਾਂ ਦੋਸਤੋ ਅਸੀਂ ਪੈਪ ਲਾਈਨ ਦੇ ਦੂਜੇ ਸਿਰੇ 'ਤੇ ਆ ਗਏ ਹਾਂ, ਇੱਕ ਸਿਰਾ ਤੁਹਾਨੂੰ ਵਿਖਾਤਾ ਅਤੇ ਆਹ ਦੂਜੇ ਸਿਰੇ 'ਤੇ ਆ ਗਏ ਹਾਂ, ਅਤੇ ਬਾਈ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ, ਵੀ ਇਹਦਾ ਲੇਵਲ ਕਿਵੇਂ ਕੱਢਿਆ ਯਾਰ? ਆਹ ਝਰੀ ਤਾਂ ਨਹੀਂ ਲੇਵਲ ਕੱਢਦੀ ਜੀ? ਇਹ ਬਾਈ ਜੀ ਝਰੀ ਪਤਾ ਕੀ ਗੱਲ ਆ, ਜਦੋਂ ਮਸ਼ੀਨ ਪੱਟ ਜਾਂਦੀ ਹੈ ਨਾ, ਹਾਂ, ਉਦੋਂ ਬਾਅਦ ਅਸੀਂ ਵਿੱਚ ਵੜ ਜਾਂਦੇ ਹਾਂ ਇਹਦੇ। ਅੱਛਾ। ਕਸੀਏ ਨਾਲ ਸਾਰੀ ਦਾ ਲੈਵਲ ਕਰਦੇ ਹਾਂ। ਅੱਛਾ, ਕਸੀਏ ਨਾਲ ਪਹਿਲਾਂ ਤੁਸੀਂ ਇਹਦਾ ਲੇਵਲ ਕਰਦੇ ਹੋ?
ਝਰੀ ਦਾ ਪੱਟ ਕੇ ਥੱਲੇ ਪੋਲਾ ਰਹਿ ਜਾਂਦਾ, ਉਸ ਤੋਂ ਬਾਅਦ ਤੋੜੀਆਂ ਜਾਂ ਬਣ ਜਾਂਦੀਆਂ, ਪੈਪ ਐਂ ਹੋ ਜਾਂਦੀ ਕਈ ਥਾਂ ਫੇਰ ਐਂ ਮੁੜ ਕੇ ਤੁਸੀਂ ਕਸੀਏ ਨਾਲ ਪੱਟ ਕੇ ਥੱਲੋਂ ਕਰੜਾ ਥਾਂ ਕੱਢ ਕੇ ਲੇਵਲ ਕਰਕੇ ਲੇਵਲ ਕਰ ਦਈਦਾ ਉਹਦਾ। ਅੱਛਾ, ਜੇ ਕਿਤੇ ਕਰ ਦਈਦੀ ਝਰੀ, ਜੇ ਕਿਤੇ ਯਾਨੀ ਕਿ ਪੋਲੀ ਹੋਵੇ ਉਹਨੂੰ ਨੱਪ ਵੀ ਲੈਂਦੇ ਆ, ਉਹਨੂੰ ਨਾ ਮੰਨ ਲਓ ਮਿੱਟੀ ਖਿੱਚ ਕੇ ਤੋੜੀਆਂ ਨੀਵੇਂ ਥਾਂ ਤੇ ਉੱਚੀਆਂ ਕਰ ਦਈਦੀ। ਅੱਛਾ, ਵੀ ਐਂ ਲੈਵਲ ਹੋ ਜਾਂਦਾ ਸਹੀ, ਲੈਵਲ ਹੋ ਜਾਂਦਾ, ਪੈਪ ਪੱਧਰੀ ਟਿਕ ਜਾਂਦੀ ਵੀ ਐ ਜਿਹੜੀ ਪੈਪ ਉਹ ਪਾਉਣੇ ਲੇਵਲ 'ਚ ਆ ਤੁਸੀਂ, ਇਹ ਨਹੀਂ ਵੀ ਪਿੱਛੋਂ ਉੱਚੀ ਕਰਤੀ ਨੀਵੀਂ ਕਰਤੀ, ਵੀ ਐ ਨਹੀਂਗਾ ਵੀ ਐਂ ਕਰਦੀ ਆ, ਹਾਂ ਐਂ ਕਰਦੀ ਨਹੀਂ, ਐ ਬਿਲਕੁਲ ਲੇਵਲ 'ਚ। ਜਦੋਂ ਕਈ ਵਾਰੀ ਐਂ ਆ ਜਾਂਦੀ ਆ ਜੀ ਉੱਥੇ ਜੋੜ ਆ ਗਿਆ, ਜੋੜ ਆ ਗਿਆ, ਜੋੜ ਟੁੱਟ ਜਾਂਦਾ, ਜੋੜ ਟੁੱਟ ਜਾਂਦਾ, ਸਹੀ ਗੱਲ ਹੈ। ਐਂ ਪਰ ਕਸਗਾ ਮਾਰ ਕੇ ਲੈਵਲ ਕਰਕੇ ਫਿਰ ਪਾਉਣੇ, ਆ ਵੇਖੋ ਉਹ ਵਿਚਾਲੇ ਅਸੀਂ ਇਹ ਸੇਵਨ ਵਾਲੇ ਦੇ ਵਿੱਚ, ਹਾਂ ਯਾਰ ਕਮਾਲ ਕਰਤੀ ਟਪਾਉਣ ਵਾਲੀ ਯਾਰ ਬਾਈ, ਯਾਰ ਇਹਦੇ ਥੱਲੇ ਨਹੀਂ ਸਪੋਰਟ ਦੇਣ ਦੀ ਲੋੜ ਸੀ, ਇੱਥੇ ਜੋੜ ਆ। ਨਹੀਂ ਨਹੀਂ ਇਹਦਾ ਕੋਈ ਚੱਕਰ ਨਹੀਂ ਗਾ ਜੀ, ਇਹਦੇ ਉੱਤੇ ਤੁਰਿਆ ਫਿਰਦਾ ਯਾਰ, ਹੈ ਨਾ ਨਾ ਕੋਈ ਚੱਕਰ ਹੀ ਨਹੀਂਗਾ, ਗਾਂ ਆ ਜਾਈ ਯਾਰ। ਨਹੀਂ ਨਹੀਂ ਗਾਂ ਕਿਤੇ ਸੇਵ ਨਾਲੇ ਚ ਡਿੱਗ ਪਈ, ਇਹ ਡੂੰਗਾ ਥੋੜਾ ਜਿਹਾ। ਆ ਤੁਸੀਂ ਜਿਹੜੀ ਪੈਪ ਪੱਕੀ ਲੱਗੀ ਰਹਿਣ ਦੇਣੀ ਥੱਲੇ, ਇਹ ਪੱਕੀ ਹੈ ਨਾ, ਬਜਰੀ ਨਾਲ ਭਰ ਦੇਣਗੇ ਵਿੱਚੋਂ। ਅੱਛਾ, ਇਹ ਬਜਰੀ ਨਾਲ ਭਰ ਦੇਣਗੇ ਤੇ ਇਹਦੇ ਥੱਲੇ ਕੋਈ ਸਪੋਰਟ ਨਹੀਂ, ਵੀ ਆ ਜਿਹੜਾ ਵਜਨ ਪਾਣੀ ਦਾ ਚੱਲ ਲੂਗੀ ਉਹ, ਇਹ 20 ਫੁੱਟ ਤੇ ਗਿਆ ਉਹ, ਹਾਂ ਘੱਟ ਅੱਗੇ ਰਹਿ ਗਈ 40 ਫੁੱਟ ਲੈਂਥ, 40 ਫੁੱਟ ਆ ਜੋੜ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਹਨਾ, ਤੁਹਾਡੇ ਵਜਨ ਨਾਲ ਵੀ ਕੋਈ ਚੱਕਰ ਨਹੀਂ ਹਨਾ। ਤਾਂ ਲਓ ਵੀ ਚੁੱਪਰੋ ਅੱਗੇ ਨੱਕਾ ਦੇਣਾ, ਉਹ ਅੱਗੇ ਉੱਥੇ ਜੇ ਨੱਕਾ ਦੇਣਾ ਐ ਬਾਹਰ ਕੱਢਣਾ ਉਹ, ਤਾਂ ਚੱਕ ਕੇ ਤੇ ਉਹਦੀ ਡਿਲੀਵਰੀ ਲਾ ਦਾਂਗੇ, ਡਿਲੀਵਰੀ ਲਾ ਦਾਂਗੇ। ਚਲੋ ਕੋਈ ਗੱਲ ਨਹੀਂ ਦੋਸਤੋ, ਅੱਜ ਤਾਂ ਤੁਹਾਨੂੰ ਅਸੀਂ ਪਾਈ ਵਿਖਾਤੀ ਆ, ਆ ਬੰਦਾ ਵੇਖ ਲਓ ਪਛਾਣ ਲਓ, ਕੱਲ ਨੂੰ ਅਸੀਂ ਮੋਟਰ ਚਲਾਵਾਂਗੇ ਤੇ ਫਿਰ ਤੁਹਾਨੂੰ ਵਿਖਾਵਾਂਗੇ ਅੱਗੇ ਬਾਈ, ਕਸ ਕੁਸ ਕੇ ਤੁਹਾਨੂੰ ਦੱਸ ਦਿਆ ਜੀ, ਠੀਕ ਆ, ਕੱਲ ਨੂੰ ਅਸੀਂ ਸਪੈਸ਼ਲ ਕਸ ਦਿਆਂਗੇ। ਹਾਂਜੀ।